ਨਾਈਲੋਨ ਜਾਂ ਪੱਥਰ ਵਗੈਰਾ ਦੇ ਹੁੰਦੇ ਸਨ, ਤੇ ਹੁਣ ਬਿੰਦਰ ਜੀ ਤੁਹਾਨੂੰ ਇਹ ਦਿਖਾ ਦਿੰਦੇ ਨੇ ਜੀ, ਆਪ ਹੀ ਤਵਾ ਇਹ ਵੇਖ ਸਕਦੇ ਹੋ, ਇਹ ਜੇਬ 'ਚ ਵੀ ਪੈ ਜਾਂਦਾ ਜੀ ਇਹ, ਅਤੇ ਇਹ ਮਸ਼ੀਨ 'ਚ ਕਿਹਾ ਸੀ ਜਦੋਂ ਅਮਰ ਸਿੰਘ ਚਮਕੀਲੇ ਦਾ ਪਹਿਲਾਂ 1900 ਗੀਤ ਆਇਆ ਸੀ ਉਦੋਂ ਇਹ ਸੀ ਡੀ ਵੀ ਬਾਜ਼ਾਰ 'ਚ ਆ ਚੁੱਕੀ ਸੀ, ਵੀਡੀਓ ਸੀ ਡੀ, ਅਤੇ ਆਪਣੇ 'ਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਵੀ ਸੀ ਆਰ ਜਿਹੜਾ ਕਿਰਾਏ 'ਤੇ ਆਉਂਦਾ ਹੁੰਦਾ ਸੀ ਨਾ, ਆਪਾਂ ਉਸ ਨੂੰ ਬੜੀ ਵੱਡੀ ਚੀਜ਼ ਸਮਝਦੇ ਸਾਂ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਦੋਸਤੋ, ਇਸ ਚੀਜ਼ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੋਵਾਂਗੇ, ਇੱਕ ਸੀ ਡੀ ਏ ਕੰਪੈਕਟ ਡਿਸਕ, ਅਤੇ ਆਪਣੇ 'ਚੋਂ ਬਹੁਤ ਉਹ ਲੋਕ ਨੇ, ਚਾਹੇ ਹੁਣ ਵਾਲੇ ਬੱਚੇ ਨੇ ਚਾਹੇ ਕੁਛ ਵੱਡੀ ਉਮਰ ਦੇ ਨੇ, ਅਤੇ ਉਹਨਾਂ ਨੇ ਇਹ ਸੀ ਡੀਆਂ ਚਲਾਈਆਂ ਹੋਈਆਂ ਨੇ। ਇਸ ਤੋਂ ਬਾਅਦ 'ਚ ਪੈਨ ਡਰਾਈਵ ਦਾ ਸਮਾਂ ਆ ਗਿਆ, ਹੁਣ ਪੈਨ ਡਰਾਈਵ ਹੈ, ਪੈਨ ਡਰਾਈਵ ਤੋਂ ਵੀ ਘੱਟ ਚੁੱਕੀ ਹੈ ਗੱਲ, ਅਤੇ ਆਪਾਂ ਇੱਕ ਦੂਸਰੇ ਨੂੰ ਸੋਸ਼ਲ ਮੀਡੀਆ 'ਤੇ ਇੰਟਰਨੈਟ ਰਾਹੀਂ ਗੀਤਾਂ ਸੰਗੀਤ ਜਾਂ ਆਵਾਜ਼ਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ। ਅਤੇ ਮੇਰੇ ਨਾਲ ਇਸ ਟਾਈਮ ਬੈਠੇ ਨੇ ਬਿੰਦਰ ਭਦੌੜ ਵਾਲਾ, ਜਿਹੜਾ ਕਿ ਕਹਿ ਲਈਏ ਸੰਗੀਤ ਦੀ ਦੁਨੀਆ ਨੂੰ ਇਹਨਾਂ ਨੇ ਆਪਣਾ ਜੀਵਨ ਉਸਦੇ ਲੇਖੇ ਲਾਇਆ, ਲਾਊਡ ਸਪੀਕਰ ਚਲਾਉਂਦੇ ਸਨ, ਅਤੇ ਇਹਨਾਂ ਕੋਲ ਪੰਜਾਬੀ ਸੰਗੀਤ ਦਾ ਥਾਂ ਖਜ਼ਾਨਾ ਪਿਆ। ਨਾਲ ਇਹਨਾਂ ਦੀ ਪਿਆਰੀ ਜੀ ਬੇਟੀ ਹੈ ਦੀਪ ਕੌਰ, ਜਿਹੜੇ ਆਪਣੇ ਨੇੜੇ ਨਾਲ ਬੈਠੇ ਹੋਏ ਨੇ। ਅੱਜ ਧੀਆਂ ਕਿਹੜੇ ਕਿਹੜੀ ਉਹ ਕਹਿ ਲਈਏ ਕਿ ਉਹ ਜਗ੍ਹਾ ਹੋਵੇਗੀ ਜਿੱਥੇ ਉਹਨਾਂ ਨੇ ਮੱਲਾਂ ਨਹੀਂ ਮਾਰੀਆਂ, ਚਾਹੇ ਅੰਤਰਿਕਸ਼ 'ਚ ਜਾਣਾ ਹੋਵੇ, ਚਾਹੇ ਜਹਾਜ਼ਾਂ ਨੂੰ ਉਡਾਉਣਾ ਹੋਵੇ, ਚਾਹੇ ਖੇਤਾਂ 'ਚ ਕਿਤੇ ਕੰਮ ਕਾਰ ਕਰਾਉਣਾ, ਕਹਿਣ ਤੋਂ ਭਾਵ ਸਾਰੇ ਪਾਸੇ ਧੀਆਂ ਦਾ ਬੋਲਬਾਲ ਹੈ। ਅਤੇ ਇਸ ਬੇਟੀ ਨੂੰ ਨਾਲ ਇਹਨਾਂ ਨੇ ਬਿਠਾਇਆ ਬੜੇ ਮਾਣ ਨਾਲ, ਇਹਨਾਂ ਦੀਆਂ ਦੋ ਬੇਟੀਆਂ ਨੇ, ਅਤੇ ਮੈਂ ਤਾਂ ਇਹ ਜਾਣਕਾਰੀ ਥੋੜ੍ਹੀ ਪਹਿਲਾਂ ਦੱਸਣ ਤੋਂ ਦੇ ਰਿਹਾ ਵਾਂ ਕਿ ਜਿਹੜੀ ਇਹਨਾਂ ਦੀ ਇਹ ਬੇਟੀਆਂ ਨੇ, ਦੋ ਬੇਟੀਆਂ ਨੇ ਇਹਨਾਂ ਦੀਆਂ, ਜਿਹੜੀਆਂ ਕਿ ਸਾਰੇ ਖਜ਼ਾਨੇ ਨੂੰ, ਸੰਗੀਤ ਦੇ ਖਜ਼ਾਨੇ ਨੂੰ ਆਪਣੇ ਕੀ ਕਹਿ ਲਈਏ ਕਿ ਹਰ ਕੀਮਤੀ ਚੀਜ਼ ਜੋ ਘਰ ਦੇ ਵਿੱਚ ਹੁੰਦੀ ਹੈ ਉਹਨਾਂ ਕੀਮਤੀ ਚੀਜ਼ਾਂ ਤੋਂ ਵੀ ਉੱਪਰ, ਇਹਨਾਂ ਵਾਸਤੇ ਸੰਗੀਤ ਦਾ ਇਹ ਅਜਾਇਬ ਘਰ ਹੈ ਛੋਟਾ ਜਿਹਾ, ਪਰ ਇੱਥੇ ਕਹਿ ਲਈਏ ਇੱਥੇ ਮਹਾਨ ਰੂਹਾਂ ਜਿਹੜੀਆਂ ਇਸ ਸੰਗੀਤ ਜਗਤ ਦੀਆਂ ਚਲੀਆਂ ਗਈਆਂ ਨੇ ਉਹਨਾਂ ਦਾ ਵੀ ਇੱਥੇ ਅਥਾਹ ਭੰਡਾਰ ਪਿਆ। ਸ਼ਾਇਦ HMV ਕੰਪਨੀ ਕੋਲ ਵੀ ਉਹ ਸੰਗੀਤ ਨਾ ਹੋਣ ਜਿਹੜਾ ਇਹਨਾਂ ਨੇ ਸਮੇਂ ਸਮੇਂ 'ਤੇ ਹੋਰ ਕੰਪਨੀਆਂ ਦੇ ਗੀਤ ਆਪਣੇ ਕੋਲ ਸੰਭਾਲ ਰੱਖੇ ਨੇ। ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦੇਵਾਂ, ਬਿੰਦਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਬਹੁਤ ਬਹੁਤ ਦੀਪ ਸਵਾਗਤ। ਥੈਂਕ ਯੂ। ਦੀਪ, ਪਹਿਲਾਂ ਮੇਰਾ ਸਵਾਲ ਤਾਂ ਤੁਹਾਨੂੰ ਹੀ ਹੈ, ਤੁਸੀਂ ਆਪਣੇ ਪਾਪਾ ਦੀ ਕਿੰਨੀ ਕੁ ਮਦਦ ਕਰਦੇ ਹੋ ਜਿਹੜਾ ਸੰਗੀਤ ਦਾ ਖਜ਼ਾਨਾ ਪਿਆ ਵਿੱਚ? ਬਹੁਤ ਜ਼ਿਆਦਾ ਮਦਦ ਕੀਤੀ ਹੈ ਜੀ ਅਸੀਂ, ਤੁਸੀਂ ਇਹਨਾਂ ਤੋਂ ਹੀ ਪੁੱਛ ਸਕਦੇ ਹੋ। ਨਹੀਂ, ਆਮ ਤੌਰ 'ਤੇ ਨਾ ਕਈ ਵਾਰੀ ਕਹਿ ਜਾਂਦੇ ਨੇ ਕਿ ਬੱਚੇ ਕਹਿੰਦੇ ਨੇ ਇਹਨਾਂ 'ਤੇ ਕੋਈ ਚੱਲਦਾ, ਇਹਨਾਂ 'ਚੋਂ ਜਿਹੜੇ ਚੱਲਦੇ ਨੇ ਅਸੀਂ ਕੀ ਕਰਨੇ ਨੇ, ਮੋਬਾਈਲ 'ਚ ਇੱਕ ਮਿੰਟ 'ਚ ਚਲਾ ਲਾਂਗੇ, ਅਤੇ ਇਹਨਾਂ ਦਾ ਮੈਂ ਕੀ ਕਰਨਾ, ਅਤੇ ਤੁਸੀਂ ਇਸ ਤਰ੍ਹਾਂ ਕਰਦੇ ਹੋ? ਨਹੀਂ ਜੀ, ਇਹ ਸਾਡਾ ਕਲਚਰ ਹੈ, ਅਸੀਂ ਇਹਨੂੰ ਸਾਂਭਣਾ ਜੀ, ਆਪਣੇ ਕਲਚਰ ਨੂੰ ਸਾਂਭਣਾ। ਹਾਂਜੀ, ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਮੈਂ ਕਹਿਣਾ ਚਾਹੂੰਗਾ ਜੀ, ਮਤਲਬ ਜੋ ਮਾਂ ਬਾਪ ਦੀ ਸੋਚ ਆ, ਲਗਭਗ ਬੱਚੇ ਉਸੇ ਸੋਚ ਮੁਤਾਬਕ ਹੀ ਚੱਲਦੇ ਨੇ, ਪਰ ਜੇ ਮਾਂ ਬਾਪ ਦੇ ਅਸੂਲ ਅੱਛੇ ਹੋਣ ਤਾਂ। ਅਤੇ ਮੇਰੀਆਂ ਬੇਟੀਆਂ ਮੇਰੀਆਂ, ਮੈਨੂੰ, ਮੈਂ ਤਾਂ ਭੁੱਲ ਜਾਂਦਾ ਇਹਨਾਂ ਨੂੰ, ਇਹਨਾਂ ਨੂੰ ਸਭ ਕੁਛ ਪਤਾ ਹੁੰਦਾ ਵੀ ਕਿਹੜੀ ਚੀਜ਼ ਕਿੱਥੇ ਪਈ ਆ। ਬਹੁਤ ਭਾਗਾਂ ਵਾਲੇ ਹੋਈ ਕਿ ਤੁਹਾਡੇ ਇਹ ਮੇਰੀਆਂ ਬੇਟੀਆਂ ਪੰਜਾਬ ਦਾ ਕੋਈ ਇਹੋ ਜਿਹਾ ਗਵੱਈਆ ਨੂੰ ਜਿਹਨਾਂ ਦੇ ਘਰ ਇਹਨਾਂ ਨੇ ਬੈਠ ਕੇ ਖਾਣਾ ਨਹੀਂ ਖਾਧਾ, ਇਹਨਾਂ ਨੂੰ ਪੁੱਛੋ ਵੀ ਕਿਹਨਾਂ ਕਿਹਨਾਂ ਕਿਹੜੇ ਕਿਹੜੇ ਗਾਇਕਾਂ ਦੇ ਨਾਲ ਤੁਸੀਂ ਬੈਠੇ, ਉਹਨਾਂ ਦੇ ਪਰਿਵਾਰ ਨੂੰ ਮਿਲੇ? ਹੰਸ ਰਾਜ ਹੰਸ ਜੀ, ਸਦੀਕ ਜੀ, ਰਣਜੀਤ ਕੌਰ ਜੀ, ਇਹਨਾਂ ਸਭ ਨੂੰ ਮਿਲੇ ਜੀ। ਅਤੇ ਹੁਣ ਆਪਾਂ ਬਿੰਦਰ ਜੀ ਇਸ ਪਾਸੇ ਮੁੜਦੇ ਹਾਂ, ਇਹ ਤਾਂ ਦਰਸ਼ਕੋ ਤੁਸੀਂ ਵੇਖ ਲਈ ਸੀ ਡੀ, ਪਰ ਸੀ ਡੀ ਜਦੋਂ ਸ਼ੁਰੂਆਤ ਦੇ ਵਿੱਚ ਆਈ ਹੈ, ਸੀ ਡੀ ਕਿਵੇਂ ਦੀ ਸੀ, ਇਹ ਮੈਂ ਚਾਹਾਂਗਾ ਬਿੰਦਰ ਜੀ ਤੁਸੀਂ ਖੁਦ ਹੀ ਦਿਖਾ ਦਿਓ ਜੀ ਇਹ ਸੀ ਡੀ। ਜਦੋਂ ਸੀ ਡੀ ਬਣੀ ਆ ਜੀ, ਪਹਿਲਾਂ ਲਾਂਚ ਹੋਈ ਆ ਤਾਂ 1981 ਦੇ ਵਿੱਚ ਹੋਈ ਸੀ, ਐਡੀ ਸੀ ਡੀ ਬਣੀ ਆ 12 ਇੰਚ। ਫਿਰ ਉਸ ਤੋਂ ਬਾਅਦ ਇਹਨੂੰ ਛੋਟੀ ਕਰਦੇ ਗਏ ਆ, ਫਿਰ ਉਸ ਤੋਂ ਬਾਅਦ ਇੰਨੀ ਕੁ ਰਹਿ ਗਈ ਸੀ ਡੀ ਜੀ। ਇਸ ਤੋਂ ਬਾਅਦ ਇੱਕ ਹੋਰ ਵੀ ਦੁਛੋੜਾ ਸਾਈਜ਼ ਆਇਆ ਸੀ, ਫਿਰ ਉਸ ਤੋਂ ਬਾਅਦ ਆਪਣੀਆਂ ਜੇਬਾਂ 'ਚ ਮਿਊਜ਼ਿਕ ਆ ਗਿਆ ਜੀ, ਸੰਭਾਲਣ ਦਾ ਸਮੇਂ ਹੀ ਰਹਿੰਦਾ ਲੋਕਾਂ ਕੋਲ। ਜਾਣੀ ਜਦੋਂ ਜਨਮ ਹੋਇਆ ਸੀ ਡੀ ਦਾ, ਤਾਂ ਉਦੋਂ ਆਹ ਸੀ ਡੀ ਬਣੀ ਸੀ। ਦਰਸ਼ਕੋ, ਆਪਾਂ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸ ਦੇਵਾਂ, 1981 ਦੀ ਵੀਡੀਓ ਸੀ ਡੀ ਹੈ, ਇਸ ਦੇ ਵਿੱਚ ਵੀਡੀਓ ਅਤੇ ਗੀਤ ਦੋਨੇ ਤਰ੍ਹਾਂ ਹੀ, ਦੋਨੇ ਚੀਜ਼ਾਂ ਨੇ। ਅਤੇ ਕਮਾਲ ਇਹ ਹੈ ਕਿ ਬਿੰਦਰ ਹਣਾ ਜੀ ਕੋਲ ਇਹ ਵਾਲੀ ਜਿਹੜੀ ਸੀ ਡੀ ਨੂੰ ਚਲਾਉਣ ਵਾਲਾ ਸਿਸਟਮ ਵੀ ਪੂਰਾ ਪਿਆ ਹੋਇਆ, ਜਿਸ ਦੇ ਵਿੱਚ ਇਹ ਸੀ ਡੀ ਅੱਜ ਵੀ ਚੱਲਦੀ ਹੈ। ਕਿਉਂਕਿ ਆਪਾਂ ਨੂੰ ਬਹੁਤੇ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਸੀ ਡੀ ਆਮ ਤੌਰ 'ਤੇ ਆਪਾਂ 2000 2000 ਦੇ ਨੇੜੇ ਤੇੜੇ ਵੇਖਣ ਲੱਗੇ ਹਾਂ, ਪਰ ਨਹੀਂ, 1981 ਜਦੋਂ ਅਮਰ ਸਿੰਘ ਚਮਕੀਲਾ ਅਜੇ ਪੂਰੀ ਤਰ੍ਹਾਂ ਗਾਉਣ ਵੀ ਨਹੀਂ ਸੀ ਲੱਗਿਆ, ਉਦੋਂ ਅਮਰ ਸਿੰਘ ਚਮਕੀਲਾ 1981 ਸਭ ਤੋਂ ਪਹਿਲਾਂ 81 ਜਦੋਂ ਰਿਕਾਰਡ ਹੈ,
ਟੱਗੋ ਟੱਗੋ ਅਖੜ ਕੇ ਸਭ ਤੋਂ ਪਹਿਲਾਂ ਈ ਪੀ 81 ਜਾਣ ਨੂੰ 1981 ਜਦੋਂ ਅਮਰ ਸਿੰਘ ਚਮਕੀਲੇ ਦਾ ਪਹਿਲਾਂ 1900 ਗੀਤ ਆਇਆ ਸੀ ਉਦੋਂ ਇਹ ਸੀ ਡੀ ਵੀ ਬਾਜ਼ਾਰ 'ਚ ਆ ਚੁੱਕੀ ਸੀ ਵੀਡੀਓ ਸੀ ਡੀ ਅਤੇ ਆਪਣੇ 'ਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਵੀ ਸੀ ਆਰ ਜਿਹੜਾ ਕਿਰਾਏ 'ਤੇ ਆਉਂਦਾ ਹੁੰਦਾ ਸੀ ਨਾ ਆਪਾਂ ਉਸ ਨੂੰ ਬੜੀ ਵੱਡੀ ਚੀਜ਼ ਸਮਝਦੇ ਸਾਂ ਜੀ ਜੀ ਮੈਂ ਬਹੁਤ ਚਲਾਇਆ ਜੀ ਵੀ ਸੀ ਆਰ ਵੀ ਸੀ ਆਰ ਮੈਂ ਬਹੁਤ ਜ਼ਿਆਦਾ ਚਲਾਇਆ ਜਦੋਂ ਆਏ ਆ ਅਤੇ ਦੋਸਤੋ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਸੀ ਇਸ ਵੀਡੀਓ ਦੇ ਵਿੱਚ ਕਿ ਤੁਸੀਂ ਕਦੇ ਵੀ ਭਦੌੜ ਬਿੰਦਰ ਭਦੌੜ ਵਾਲਾ ਬਿੰਦਰ ਅਟਵਾਲ ਇਹਨਾਂ ਕੋਲ ਆਓ ਇੱਥੇ ਸੰਗੀਤ ਦਾ ਇੱਕ ਖਜ਼ਾਨਾ ਹੈ ਅਤੇ ਜਦੋਂ ਵੀ ਤੁਸੀਂ ਆਓ ਇਹਨਾਂ ਦੀਆਂ ਬੇਟੀਆਂ ਨੇ ਦੋ ਉਹ ਇਹਨਾਂ ਦੀ ਹੈਲਪ ਕਰਦੀਆਂ ਨੇ ਤੁਸੀਂ ਪੁਰਾਣੇ ਤੋਂ ਪੁਰਾਣਾ ਕੋਈ ਵੀ ਸਿੰਗਰ ਜਵਾਹਰ ਲਾਲ ਨਹਿਰੂ ਜੀ ਮਹਾਤਮਾ ਗਾਂਧੀ ਲਤਾ ਮੰਗੇਸ਼ਕਰ ਜੀ ਕਹਿਣ ਤੋਂ ਬਾਅਦ ਰਵਿੰਦਰ ਨਾਥ ਟੈਗੋਰ ਜੀ ਕਿਹੜੀ ਉਹ ਰੂਹ ਹੈ ਜਿਨ੍ਹਾਂ ਦਾ ਇਹਨਾਂ ਕੋਲ ਗੀਤ ਨਹੀਂ ਅਤੇ ਸਾਰੇ ਕਾਪੀਰਾਈਟ ਵਾਲੇ ਨੇ ਇਹਨਾਂ ਦੇ ਅਸੀਂ ਮਾਫ਼ੀ ਚਾਹਵਾਂਗੇ ਕਿ ਇਹ ਉਹ ਚੀਜ਼ਾਂ ਤੁਹਾਨੂੰ ਚਲਾ ਕੇ ਨਹੀਂ ਅਸੀਂ ਸੁਣਾ ਸਕਦੇ ਕਾਪੀਰਾਈਟ ਦੀ ਵਜ੍ਹਾ ਤੋਂ ਪਰ ਇਹਨਾਂ ਕੋਲ ਅਥਾਹ ਖਜ਼ਾਨਾ ਅਤੇ ਹੁਣ ਮੈਂ ਇੱਕ ਤੁਹਾਨੂੰ ਹੋਰ ਚੀਜ਼ ਦਿਖਾ ਰਿਹਾ ਵਾਂ ਆਪਾਂ ਤਵੇ ਜਿਹੜੇ ਨੇ ਆਮ ਤੌਰ 'ਤੇ ਆਪਾਂ ਇਹ ਤਵੇ ਦੇਖਦੇ ਸਾਂ ਆਮ ਤੌਰ 'ਤੇ ਅਤੇ ਐਚ ਐਮ ਵੀ ਕੰਪਨੀ ਦਾ ਅਤੇ ਇਹ ਨਾਈਲੋਨ ਜਾਂ ਪੱਥਰ ਵਗੈਰਾ ਦੇ ਹੁੰਦੇ ਸਨ ਅਤੇ ਹੁਣ ਬਿੰਦਰ ਜੀ ਤੁਹਾਨੂੰ ਇਹ ਦਿਖਾ ਦਿੰਦੇ ਨੇ ਜੀ ਆਪ ਹੀ ਤਵਾ ਇਹ ਵੇਖ ਸਕਦੇ ਇਹ ਜੇਬ 'ਚ ਵੀ ਪੈ ਜਾਂਦੇ ਜੀ ਇਹ ਅਤੇ ਇਹ ਮਸ਼ੀਨ 'ਤੇ ਵੀ ਚੱਲਣਗੇ ਜੀ ਆਹ ਵੇਖ ਸਕਦੇ ਹੋ ਜੀ ਇਹ ਤਵਾ ਹੈ ਜਿਹੜੇ ਆਪਾਂ ਪਹਿਲਾਂ ਪਲਾਸਟਿਕ ਦੇ ਵੇਖਦੇ ਸਾਂ ਜਾਂ ਪੱਥਰ ਦੇ ਰਿਕਾਰਡ ਪਰ ਇਹ ਇੰਗਲੈਂਡ ਤੋਂ ਆਇਆ ਹੋਇਆ ਇੰਗਲੈਂਡ ਦੇ ਵਿੱਚ ਜਾਂ ਬਾਹਰਲੇ ਮੁਲਕਾਂ 'ਚ ਇਸ ਤਰ੍ਹਾਂ ਚੱਲਦੇ ਨੇ ਇਸ ਤਰ੍ਹਾਂ ਕਾਗਜ਼ ਵਾਂਗ ਇਹ ਸਣੇ ਪਹਿਲਾਂ ਜਦੋਂ ਆਪਾਂ ਇਹ ਦੂਸਰੇ ਤਵੇ ਦੇਖਦੇ ਸਾਂ ਅਤੇ ਇਹਨਾਂ ਕੋਲ ਹੋਰ ਵੀ ਬਹੁਤ ਵੱਡਾ ਖਜ਼ਾਨਾ ਇਹਨਾਂ ਚੀਜ਼ਾਂ ਦਾ ਤੁਸੀਂ ਬਿੰਦਰ ਜੀ ਕੋਲ ਭਦੌੜ ਆਓ ਆਈ ਸੀ ਆਈ ਬੈਂਕ ਦੇ ਨੇੜੇ ਇਹਨਾਂ ਦਾ ਘਰ ਹੈ ਅਤੇ ਇਹਨਾਂ ਦਾ ਅਸੀਂ ਫੋਨ ਨੰਬਰ ਵੀ ਸਕਰੀਨ 'ਤੇ ਦੇ ਦੇਵਾਂਗੇ ਅਤੇ ਜੇ ਕੋਈ ਸੱਜਣ ਇਹਨਾਂ ਦੀ ਮਦਦ ਕਰਨੀ ਚਾਹੇ ਇੱਕ ਕਿਉਂਕਿ ਇੱਕ ਗਰੀਬ ਪਰਿਵਾਰ ਦੀ ਲੋੜਵੰਦ ਦੀ ਮਦਦ ਕਰਨੀ ਸਭ ਤੋਂ ਵੱਡਾ ਪੁੰਨ ਹੈ ਕਿਉਂਕਿ ਇਹਨਾਂ ਨੇ ਵੀ ਇੱਕ ਬੜਾ ਵੱਡਾ ਕਾਰਜ ਕੀਤਾ ਹੋਇਆ ਪੰਜਾਬੀ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਹੋਇਆ ਕਿਉਂਕਿ ਇਹ ਛੋਟੀ ਜਿਹੀ ਗੱਲ ਨਹੀਂ ਇੰਨਾ ਸੰਗੀਤ ਦਾ ਮਹਾਨ ਖਜ਼ਾਨਾ ਆਪਣੇ ਕੋਲ ਸੰਭਾਲ ਕੇ ਰੱਖਣਾ